ਪਿੰਡ ਕੁਲਾਰ ਦੇ ਸਾਬਕਾ ਸਰਪੰਚ ਸੁਖਬਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ। ਐਡਵੋਕੇਟ ਸਤਬਿੰਦਰ ਸਿੰਘ ਕੁਲਾਰ ਅਨੁਸਾਰ ਇੱਕ ਸਾਲ ਪਹਿਲਾਂ ਥਾਣਾ ਘਣੀਏ ਕੇ ਬਾਂਗਰ ਦੇ ਦੋ ਪੁਲਿਸ ਅਫਸਰਾਂ ਵੱਲੋਂ ਸੰਬੰਧਿਤ ਵਿਅਕਤੀਆਂ ਨਾਲ ਕਥਿਤ ਮਿਲੀ ਭੁਗਤ ਕਰਦਿਆਂ ਉਹਨਾਂ ਦੇ ਕੇਸ ਵਿੱਚ ਧਾਰਾ 552 ਨੂੰ ਜੋੜ ਦਿੱਤਾ ਗਿਆ ਸੀ। ਐਡਵੋਕੇਟ ਸਤਬਿੰਦਰ ਸਿੰਘ ਕੁਲਾਰ ਨੇ ਕਿਹਾ ਕਿ ਜੇਕਰ 30 ਮਾਰਚ ਤੱਕ ਇਨਸਾਫ਼ ਨਾ ਮਿਲਿਆ ਤਾਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਪੱਕਾ ਧਰਨਾ ਲਗਾਉਣਗੇ, ਪਰ ਅੱਜ SP ਰਮਨਿੰਦਰ ਸਿੰਘ ਭੁੱਲਰ ਦੇ ਅਸ਼ਵਾਸ਼ਨ ਤੋਂ ਬਾਅਦ ਧਰਨਾ ਮੁਅੱਤਲ ਕਰ ਦਿੱਤਾ ਗਿਆ ਅਤੇ ਇਨਸਾਫ਼ ਨਾ ਮਿਲਣ 'ਤੇ ਧਰਨਾ ਦੁਬਾਰਾ ਲਗਾਇਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਫੌਜੀ, ਗੁਰਦੀਪ ਸਿੰਘ, ਜਗਰੂਪ ਸਿੰਘ ਕੁਲਾਰ, ਹਰਭਜਨ ਸਿੰਘ ਆਦਿ ਹਾਜ਼ਰ ਸਨ। ਇਹ ਜੀ ਇੱਕ ਦਰਖਾਸਤ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਇਹਨਾਂ ਨੇ ਦਿੱਤੀ ਸੀ ਪੁਲਿਸ ਨੂੰ 10/78/1872। ਉਹਦੇ ਵਿੱਚ ਇਹਨਾਂ ਕਿਹਾ ਹੈ ਕਿ ਮੇਰੇ ਕੋਈ ਸੈਨ ਇੱਕ ਕਵਲਜੀਤ ਸਿੰਘ ASI ਆ ਅਤੇ ਉਦੋਂ ਮੌਕੇ ਜਿਹੜੇ ਘਣੀ ਕੇ ਬਾਂਗਰ ਦੇ SHO ਸਬ ਇੰਸਪੈਕਟਰ ਲਖਵਿੰਦਰ ਸਿੰਘ ਸੀ, ਉਹਨਾਂ ਨੇ ਇਹਨਾਂ ਦੇ ਜਾਲੀ ਸੈਨ ਕਰਕੇ ਇੱਕ ਜਾਲੀ ਬਿਆਨ ਤਿਆਰ ਕਰਾ ਲਏ। ਉਹ 1.5-2 ਸਾਲ ਤਕਰੀਬਨ ਸਮੇਂ ਤੋਂ ਦਰਖਾਸਤ ਪੈਂਡਿੰਗ ਸੀ। ਪਿੱਛੇ ਜੇ ਵੀ 6 ਮਹੀਨੇ ਪਹਿਲਾਂ ਹੀ ਧਰਨਾ ਲਾਇਆ ਸੀ ਅਤੇ ਫਿਰ ਪੁਲਿਸ ਨੇ ਉਹ FSLN ਨੂੰ ਕਹਿੰਦੇ ਕਿ ਅਸੀਂ ਸਾਈਨ ਟੈਸਟ ਕਰਨ ਨੂੰ ਭੇਜਣੇ ਆ। ਹੁਣ ਸਾਈਨ ਟੈਸਟ ਹੋ ਗਿਆ, ਆ ਗਿਆ, ਉਹਦੇ ਵਿੱਚ ਵੀ ਆ ਗਿਆ ਕਿ ਸਾਈਨ ਸੁਖਵਿੰਦਰ ਸਿੰਘ ਦੇ ਨਹੀਂ ਆ। ਹੁਣ ਸਿਰਫ ਇੱਕ ਪੁਲਿਸ ਜਿਹੜੀ ਆ, ਪੁਲਿਸ ਮੁਲਾਜ਼ਮ ਨੂੰ ਬਚਾਉਣ ਲਈ SSP ਸਾਹਿਬ ਨੇ SPD ਸਾਹਿਬ ਨੂੰ ਦਰਖਾਸਤ ਮਾਰ ਕੀਤੀ ਨੂੰ 15 ਦਿਨ ਹੋ ਗਏ ਆ, ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਅੱਜ ਅਸੀਂ ਕੱਲ੍ਹ ਸ਼ਨੀਵਾਰ ਅਸੀਂ ਧਰਨਾ ਲਾਉਣਾ ਸੀਗਾ 30 ਤਰੀਕ ਨੂੰ, 30 ਮਾਰਚ 2024 ਨੂੰ, ਪਰ SPD ਸਾਹਿਬ ਨੇ ਇਹਨੂੰ ਭਰੋਸਾ ਦਿੱਤਾ ਕਿ 3-4 ਦਿਨ 'ਚ ਉਹ ਕਾਰਵਾਈ ਕਰ ਦੇਣਗੇ ਅਤੇ PGD ਨੰਬਰ ਉਹਨੂੰ ਲੱਗਾ। ਅਤੇ ਇੱਥੇ ਤੱਕ ਕਿ PGD ਨੰਬਰ ਵਾਲੀ ਦੀ ਦਰਖਾਸਤ ਦੀ ਵੀ ਕਿ ਸੀਨੀਅਰ ਅਫਸਰ IG DIG ADGP ਮੀਟਿੰਗਾਂ ਹੁੰਦੀਆਂ ਨੇ, ਉਹ 'ਚ ਨਹੀਂ ਉਹਨਾਂ ਨੇ ਪੁੱਛਿਆ ਕਿ 2 ਸਾਲ ਦੀ ਦਰਖਾਸਤ ਕਿਉਂ ਪੈਂਡਿੰਗ ਆ। ਕਲੀਅਰ ਕੱਟ ਸਾਬਤ ਹੋ ਗਿਆ ਕਿ ਇਹਨਾਂ ਨੇ ਜਾਲੀ ਸੈਨ ਲਏ ਆ ਕੀਤੇ ਇਹਨਾਂ ਦੇ ਸੁਖਵਿੰਦਰ ਸਿੰਘ ਦੇ, ਤਾਂ ਪਰਚਾ ਦਰਜ ਕਰਨਾ ਬਣਦਾ, ਪਰ ਪੋਲੀਟੀਕਲ ਦਬਾਅ ਆ ਜਾਂ ਪਤਾ ਨਹੀਂ ਕੀ ਆ, ਪੁਲਿਸ ਕਿਉਂ ਨਹੀਂ ਇਹ ਕਾਰਵਾਈ ਕਰਨ ਦੀ, ਜਦੋਂ ਕਿ FSLR ਰਿਪੋਰਟ ਵੀ ਹੁਣ ਇਹਨਾਂ ਦੇ ਫੇਵਰ 'ਚ ਆ ਗਈ ਆ ਕਿ ਸਾਈਨ ਇਹਨਾਂ ਦੇ ਨਹੀਂ ਹੈ। ਬਟਾਲਾ ਤੋਂ ਸੁਖਦੇਵ ਸਿੰਘ ਰੰਧਾਵਾ ਦੀ ਰਿਪੋਰਟ।